ਜਿਹੜੀ ਘਰੇ ਬੈਠੀ ਏ ਉਹ ਵੀ ਸੁਣ ਲੈਣ, ਜੋ ਸਾਰੇ ਨਗਰ ਦੀ ਸੰਗਤ ਨੇ ਗੁਰਦੁਆਰਾ ਸਾਹਿਬ ਜੋ ਫੈਸਲਾ ਕੀਤਾ ਹੈ, ਮੈਂ ਤੇ ਬਹੁਤ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸੰਗਤ ਨੂੰ ਪ੍ਰੇਰਨਾ ਕਰਕੇ ਆਪਣੇ ਚਰਨਾਂ 'ਚ ਬੁਲਾਇਆ ਏ। ਉਸ ਉਪਰੰਤ ਬਹੁਤ ਧੰਨਵਾਦ ਬੀਬੀਆਂ ਬੱਚੀਆਂ ਭੈਣਾਂ ਮਾਤਾਵਾਂ ਦਾ ਵੀ, ਵੀਰ ਬੱਚੇ ਬਜ਼ੁਰਗਾਂ ਦਾ ਵੀ, ਨਗਰ ਪੰਚਾਇਤ ਦਾ ਵੀ, ਜਿਹੜੇ ਇੱਕ ਮੁੱਠ ਹੋ ਕੇ ਅੱਜ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਫੈਸਲਾ ਕੀਤਾ ਏ, ਇੱਕ ਇੱਕ ਮਤਾ ਜਿਹੜਾ ਏ ਉਹ ਲਿਖਿਆ ਗਿਆ ਏ, ਪੜ੍ਹ ਕੇ ਸੁਣਾ ਰਹੇ ਹਾਂ। ਜਿਨ੍ਹਾਂ ਨੂੰ ਪ੍ਰਮਾਣ ਨਾ ਹੋਵੇ ਉਹ ਉੱਠ ਕੇ ਬਾਹਰ ਚਲੇ ਜਾਣ, ਜੇ ਪ੍ਰਮਾਣ ਹੋਵੇ ਸਾਰੀ ਸੰਗਤ ਨੂੰ ਹੱਥ ਖੜੇ ਕਰਕੇ ਜਲਕਾਰੇ ਦਾ ਜਵਾਬ ਦਿਆ ਜੇ। ਅੱਜ ਮਿਤੀ 13/5/2019 ਦਿਨ ਸੋਮਵਾਰ, ਪਿੰਡ ਬੱਟੂ ਦੇ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਕਲਗੀਧਰ ਸਾਹਿਬ ਵਿਖੇ, ਪਿੰਡ ਬੱਟੂ ਦੇ ਸਾਰੇ ਨਗਰ ਦੀ ਸੰਗਤ ਅਤੇ ਨਗਰ ਪੰਚਾਇਤ ਇਕੱਤਰ ਹੋਈ ਪਾਤਸ਼ਾਹ ਦੇ ਚਰਨਾਂ ਵਿੱਚ, ਜਿਸ ਵਿੱਚ ਅਹਿਮ ਫੈਸਲਾ ਸਰਬਸੰਮਤੀ ਨਾਲ ਇਹ ਕੀਤਾ ਗਿਆ ਹੈ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਪਿੰਡ ਵਿੱਚ ਹੀ ਪ੍ਰੇਮ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗਾ, ਇਸ ਵਿੱਚ ਉਸ ਲੜਕੀ ਲੜਕੇ ਦੇ ਮਾਂ ਬਾਪ ਜੇ ਉਹਨਾਂ ਦਾ ਸਾਥ ਦਿੰਦੇ ਨੇ ਤੇ ਉਹਨਾਂ ਨੂੰ ਵੀ ਦੋਸ਼ੀ ਮੰਨਿਆ ਜਾਵੇਗਾ, ਅਤੇ ਉਹਨਾਂ ਦੋਨਾਂ ਪਰਿਵਾਰਾਂ ਦਾ ਪਿੰਡ ਵੱਲੋਂ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਜੇ ਸਾਰੀ ਸੰਗਤ ਨੂੰ ਇਹ ਫੈਸਲਾ ਪ੍ਰਵਾਨ ਏ ਤੇ ਜਲਕਾਰੇ ਦਾ ਜਵਾਬ ਹੱਥ ਖੜੇ ਕਰਕੇ ਦਿਆ ਜੇ, ਬੋਲੇ ਨਾਲ ਫੈਸਲਾ ਕੀਤਾ ਗਿਆ ਏ ਕਿ ਜਿਸ ਘਰ ਦਾ ਲੜਕੀ ਲੜਕਾ ਜਾਂ ਉਹਨਾਂ ਦੇ ਮਾਂ ਬਾਪ ਇਹੋ ਜਿਹਾ ਕੰਮ ਕਰਨਗੇ, ਉਹਨਾਂ ਦੀ ਸਮੁੱਚੀ ਸਾਰੀ ਦੀ ਸਾਰੀ ਜ਼ਮੀਨ ਜਾਇਦਾਦ, ਉਹਨਾਂ ਦਾ ਘਰ ਬਾਰ ਕੋਈ ਵੀ ਠੇਕੇ 'ਤੇ ਨਹੀਂ ਲਵੇਗਾ ਅਤੇ ਨਾ ਹੀ ਕੋਈ ਬੰਦਾ ਉਹਨਾਂ ਨੂੰ ਸਾਹ ਦੇਵੇਗਾ। ਜਿਸ ਤੀਸਰੇ ਨੰਬਰ 'ਤੇ ਫੈਸਲਾ ਕੀਤਾ ਗਿਆ ਏ, ਜੇਕਰ ਕੋਈ ਵੀ ਲੜਕੀ ਲੜਕਾ ਮਾਂ ਦਾ ਮਾੜਾ ਕਦਮ ਚੁੱਕਦਾ ਏ, ਉਸਦਾ ਮਾਂ ਪਿਓ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਏ, ਉਹਨਾਂ ਦੇ ਮਾਤਾ ਪਿਤਾ ਦੇ ਸਮਝਾਉਣ ਦੌਰਾਨ ਵੀ ਉਹ ਲੜਕੀ ਲੜਕਾ ਨਹੀਂ ਸਮਝਦੇ, ਉਹਨਾਂ ਦੇ ਮਾਂ ਪਿਓ ਉਸ ਲੜਕੀ ਲੜਕੇ ਨੂੰ ਜੋ ਮਰਜ਼ੀ ਕਰ ਦੇਣ, ਨੁਕਸਾਨ ਉਹਨਾਂ ਦਾ, ਸਾਰਾ ਪਿੰਡ ਜਿੰਨੀ ਸੰਗਤ ਬੈਠੇ ਨੇ ਇੱਕ ਮੁੱਠ ਹੋ ਕੇ ਉਹਨਾਂ ਦੇ ਮਾਤਾ ਪਿਤਾ ਦਾ ਸਾਥ ਦੇਵੇਗਾ। ਜੇ ਸਭ ਨੂੰ ਇਹ ਮਤਾ ਪ੍ਰਵਾਨ ਏ, ਜਨਕਾਰੇ ਦਾ ਜਵਾਬ ਸਾਰੀ ਸੰਗਤ ਦੇਵੇ, ਬੋਲੇ ਸੋਨਾ। ਨੰਬਰ 4 'ਤੇ
ਨਗਰ ਦੀ ਸੰਗਤ ਤੇ ਸਮੁੱਚੀ ਪੰਚਾਇਤ ਵੱਲੋਂ ਜਿਹੜਾ ਵੀ ਲੜਕੀ ਲੜਕਾ ਮਾੜਾ ਕਦਮ ਚੁੱਕਦਾ ਏ, ਉਹਨਾਂ ਦੇ ਮਾਤਾ ਪਿਤਾ ਬੱਚਿਆਂ ਦਾ ਜੇ ਸਾਥ ਦਿੰਦੇ ਨੇ, ਨਗਰ ਪੰਚਾਇਤ ਸਾਰੇ ਨਗਰ ਦੀ ਸੰਗਤ ਅੱਜ ਫੈਸਲਾ ਕਰ ਰਹੀ ਏ, ਉਹਨਾਂ ਨੂੰ ਕਿਸੇ ਵੀ ਕੋਰਟ ਕਚਹਿਰੀ ਵਿੱਚ ਜਾਂ ਤਸੀਲੇ ਜਾ ਕੇ ਕਿਸੇ ਨੰਬਰਦਾਰ ਕਿਸੇ ਮੈਂਬਰ ਕਿਸੇ ਸਰਪੰਚ ਦੀ ਲੋੜ ਪੈਂਦੀ ਏ। ਕੋਈ ਵੀ ਨੰਬਰਦਾਰ ਮੈਂਬਰ ਪੰਚਾਇਤ ਜਾਂ ਸਰਪੰਚ ਉਹਨਾਂ ਦੇ ਨਾਲ ਜਾ ਕੇ ਕਿਸੇ ਵੀ ਕੋਰਟ ਕਚਹਿਰੀ ਵਿੱਚ ਕੋਈ ਦਸਤਖਤ ਨਹੀਂ ਕਰੇਗਾ। ਇਸ ਵਾਸਤੇ ਨਗਰ ਪੰਚਾਇਤ ਨੂੰ ਬੇਨਤੀ ਦੇ ਇਹ ਮਤਾ ਪ੍ਰਵਾਨ ਏ। ਹੱਥ ਖੜੇ ਕਰਕੇ ਸਾਰੇ ਜਵਾਬ ਜਿਹੜੇ ਬੋਲੋ। ਨੰਬਰ 5 ਤੇ ਇੱਕ ਫੈਸਲਾ ਹੋਰ ਕੀਤਾ ਗਿਆ ਏ, ਜੇਕਰ ਪਾਸੋਂ ਵੀ ਕੋਈ ਮੁੰਡਾ ਜਾਂ ਲੜਕੀ ਮਾੜੀ ਹਰਕਤ ਕਰਕੇ ਪਿੰਡ ਵਿੱਚ ਆ ਕੇ ਰਹਿੰਦਾ ਏ ਤਾਂ ਉਹਨਾਂ ਨੂੰ ਪਨਾਹ ਦਿੰਦਾ ਏ, ਤੇ ਉਹਨਾਂ ਦੇ ਉਲਟ ਪਿੰਡ ਵੱਲੋਂ ਸਾਰੀ ਸੰਗਤ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ। ਜੇ ਇਹ ਮਤਾ ਪ੍ਰਵਾਨ ਏ ਸਾਰੀ ਸੰਗਤ, ਮਤੇ ਦਾ ਜਵਾਬ ਜਨਕਾਰ ਵਿੱਚ ਦਿਓ। ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਸੰਮਤੀ ਨਾਲ ਮਤੇ ਪ੍ਰਵਾਨ ਹੋਏ ਨੇ, ਸਾਰੀ ਸੰਗਤ ਇਹਨਾਂ ਤੇ ਦਸਖਤ ਕਰੇਗੀ। ਇਸ ਤੋਂ ਬਾਅਦ ਜੇ ਕੋਈ ਹੋਰ ਵਿਚਾਰ ਕਿਸੇ ਨੇ ਲਿਖਾਉਣੀ ਹੋਵੇ ਉਹ ਲਿਖਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12 ਵਜੇ ਇਸੇ ਤਰ੍ਹਾਂ ਸਾਰੀ ਸੰਗਤ ਨੇ ਥਾਣੇ ਜਾਣਾ, ਆਪੋ ਆਪਣੇ ਸਾਧਨਾਂ ਤੇ। ਪਹਿਲੀ ਗੱਲ ਤਾਂ ਵੀਡੀਓ ਬੱਚੇ ਬਣਾ ਰਹੇ ਨੇ, ਇਹ ਵੀਡੀਓ ਭੇਜ ਦੇਣੀ, ਇਹਨਾਂ ਵਾਇਰਲ ਕਰ ਦੇਣੀ ਹੈ, ਪਤਾ ਲੱਗ ਜਾਣਾ ਥਾਣੇ SSP ਤੱਕ ਸਾਰਿਆਂ ਨੂੰ। ਬਾਕੀ ਫਿਰ ਵੀ ਪੁਲਿਸ ਨੂੰ ਪਤਾ ਲੱਗੇ, ਕੰਨ ਖੜੇ ਹੋ ਜਾਣ ਉਹਨਾਂ ਦੇ ਵੀ ਕਿ ਅੱਜ ਸਾਰਾ ਨਗਰ ਇਸ ਵਿੱਚ ਆਪਣੀ ਅੱਜ ਬੇਪਤੀ ਨਾ ਸਮਝੋ, ਸਮਝੋ ਬਹੁਤ ਵੱਡਾ ਫੈਸਲਾ ਜਿਹੜਾ ਤੁਸੀਂ ਅੱਜ ਲਿਆ ਹੈ ਨਾ, ਸਾਰੇ ਪਿੰਡ ਦੀ ਬਹੁਤ ਵੱਡੀ ਇੱਜ਼ਤ ਦਾ ਸਵਾਲ ਏ। ਅੱਜ ਤੋਂ ਲੈ ਕੇ ਤੁਹਾਡੀ ਇੱਜ਼ਤ ਬਰਕਰਾਰ ਹੋਵੇਗੀ, ਜਿਵੇਂ ਪਹਿਲੇ ਦੱਸ ਰਹੇ ਸੀ ਸਾਰੇ ਸੱਜਣ ਕਿ ਲੋਕਾਂ ਨੂੰ ਪਤਾ ਲੱਗੇਗਾ ਕਮਾਲ ਕੀਤੀ ਉਸ ਪਿੰਡ ਨੇ ਵੀ। ਇਸ ਵਾਸਤੇ ਸਾਰਿਆਂ ਨੇ ਅੱਜ ਆਪਾਂ ਥਾਣੇ ਜਾਣਾ 12 ਵਜੇ ਬਈ। ਬੇਨਤੀ, ਬੜੇ ਜ਼ਰੂਰੀ ਕੰਮ ਨੇ, ਮੇਰਾ ਬੜਾ ਵੱਡਾ ਪ੍ਰੋਗਰਾਮ ਸੀ, ਕੈਂਸਲ ਕੀਤਾ, ਇਸੇ ਵਾਸਤੇ ਸਾਰਿਆਂ ਸੱਜਣਾਂ ਨੂੰ ਕੰਮ ਹੈ। ਪਰ 12 ਵਜੇ ਇੱਕ ਵਾਰ ਆਪਾਂ ਜ਼ਰੂਰ ਜਾਣਾ ਹੈ, ਟਾਈਮ ਦਿੱਤਾ ਗਿਆ, ਸਰਦਾਰ ਪ੍ਰਧਾਨ ਸਾਹਿਬ ਬੈਠੇ ਨੇ, ਸਾਰੀ ਸੰਗਤ ਇਸੇ ਤਰ੍ਹਾਂ ਆਪੋ ਆਪਣੇ ਸਾਧਨਾਂ ਤੇ। ਮੈਂ ਕਾਰ ਆਪਣੀ ਲੈ ਕੇ ਚੱਲਾਂਗਾ, ਇੱਕ ਮੋਟਰਸਾਈਕਲ ਖੜਾ, ਇੱਕ ਸਕੂਟਰੀ ਖੜੀ ਹੈ, ਉਹ ਜਿਹੜਾ ਮਰਜ਼ੀ ਲਿਜਾ ਲੈ ਜਾਵੇ ਜੇ ਕਿਸੇ ਨੂੰ ਲੋੜ ਹੋਵੇ ਤਾਂ। ਬੇਨਤੀ, 12 ਵਜੇ ਆਪਾਂ ਸਭ ਨੇ ਜਾਣਗੇ। ਜੇ ਸਾਡੀ ਲੜਕੀ ਉਸ ਲੜਕੇ ਨੂੰ ਫੋਨ ਦੁਬਾਰਾ ਕਰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਪਿੰਡ ਵੱਟੂ ਦੀ ਸੰਗਤ ਵੱਲੋਂ ਅੱਜ ਦੇ ਫੈਸਲੇ ਕੀਤੇ ਗਏ ਨੇ। ਬਹੁਤ ਧੰਨਵਾਦ ਸਾਰੀ ਨਗਰ ਪੰਚਾਇਤ ਦਾ, ਸਾਰੇ ਨਗਰ ਦੀ ਸੰਗਤ ਦਾ। ਅੱਜ ਲੱਗ ਰਿਹਾ ਹੈ ਕਿ ਸਾਰੇ ਪਿੰਡ ਨੂੰ ਬਹੁਤ ਵੱਡੀ ਪੀੜ ਹੈ, ਬੜਾ ਵੱਡਾ ਦੁੱਖ ਲੋਕਾਂ ਨੇ ਮਹਿਸੂਸ ਕੀਤਾ ਹੈ। ਇਸ ਵਾਸਤੇ ਬੇਨਤੀ, ਹੁਣ ਪ੍ਰੋਗਰਾਮ ਬਣਾਇਆ ਗਿਆ ਕੱਲ੍ਹ ਨੂੰ ਭੈਣਾਂ ਬੱਚੀਆਂ ਮਾਤਾਵਾਂ ਕੇਵਲ, ਭੈਣਾਂ ਬੱਚੀਆਂ ਮਾਤਾਵਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਰੱਖੀ ਗਈ ਹੈ, ਇਹ ਆਉਣਗੀਆਂ। ਇਹ ਆਪਣਾ ਫੈਸਲਾ ਕੋਈ ਹੋਰ ਇਹਨਾਂ ਨੂੰ ਕਰਨਾ ਹੋਵੇਗਾ ਕਰਨਗੀਆਂ ਕੱਲ੍ਹ ਨੂੰ। ਸਾਰੇ ਨਗਰ ਦੀਆਂ ਧੀਆਂ ਨੌਵਾਂ ਮਾਤਾਵਾਂ ਨੂੰ ਬੇਨਤੀ ਹੈ, 12 ਵਜੇ ਗੁਰਦੁਆਰਾ ਸਾਹਿਬ ਆਪਣੇ ਆਪ ਸਾਰੀਆਂ ਇਕੱਠੀਆਂ ਹੋਣ ਦੀ ਕਿਰਪਾਲਤਾ ਕਰਿਆ ਜੇ।
ਅਸੀਂ ਆਵਾਜ਼ ਇੱਕ ਵਾਰ ਦੇ ਦੇਵਾਂਗੇ, ਬੰਦਾ ਵਿੱਚ ਕੋਈ ਨਹੀਂ ਹੋਵੇਗਾ, ਕੇਵਲ ਬੱਚੀਆਂ ਭੈਣਾਂ ਮਤਾਵਾਂ ਜਾਂ ਪਿੰਡ ਦੀਆਂ ਜੋ ਲੇਡੀਜ਼ ਮੈਂਬਰ ਨੇ, ਸਾਡੇ ਪਿੰਡ ਦੀ ਸਾਡੀ ਧੀ ਜਿਹੜੀ ਸਰਪੰਚ ਹੈ ਉਹ ਹੋਵੇਗੀ। ਇਹ ਆਪਣਾ ਇੱਕ ਫੈਸਲਾ ਕੋਈ ਨਾ ਕੋਈ ਹੋਰ ਜੋ ਜਿਹੜਾ ਕਰਨਾ ਕਰਨਗੀਆਂ। ਸਾਰੇ ਪਿੰਡ ਦੀਆਂ ਨੂੰਹਾਂ ਨੂੰ, ਸਾਰੇ ਪਿੰਡ ਦੀਆਂ ਬੀਬੀਆਂ ਮਤਾਵਾਂ ਨੂੰ ਬੇਨਤੀ, ਕੱਲ੍ਹ ਨੂੰ 12 ਵਜੇ ਜਿਵੇਂ ਅੱਜ ਆਈਆਂ ਜੇ, ਕੱਲ੍ਹ ਨੂੰ ਫਿਰ ਭਾਈ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾ ਕਰਿਆ ਜੇ। ਇੱਕ ਵਾਰ ਸਾਰੀ ਸੰਗਤ ਜਨਕਾਰੇ ਦਾ ਜਵਾਬ ਦਿਓ, 12 ਵਜੇ ਆਪਾਂ ਥਾਣੇ ਜਾਣਾ ਹੈ। ਬੋਲੋ ਸੋਨਿਆ।